आल्टो न्यूज़ चैनल दे विच तुहाडा स्वागत। डेरा वरानिक दी कोऑपरेटिव सोसाइटी दे विच होए 6 करोड़ दे कपले दे विरोध दे विच भारतीय किसान यूनियन राजेवाल ने गुरदासपुर दे विच अमृतसर जम्मू नेशनल हाईवे कीता जाम। एयरपोर्ट तुहाडे नाल सांझी करन जा रहे हैं। जे तुसी साडे चैनल नूं सबसक्राइब नहीं कीता तां सबसक्राइब कर लो, नाल ही बैल आइकॉन भी दबा लो ते इस नूं लाइक भी जरूर करना जी। भारतीय किसान यूनियन राजेवाल पंजाब वल्लों अज गुरदासपुर च बबरी बाईपास से धरना लगा के अमृतसर जम्मू नेशनल हाईवे नू 2 घंटे लई जाम कर दिता गया। इस संबंधी जानकारी देंदिया किसान आगू पुलविंदर सिंह मठोल ने दसिया कि हलका डेरा बाबा नानक दे पिंड समराए च कोऑपरेटिव सोसाइटियां विच अधिकारियों वालों 6 करोड़ का घपला किया गया सी। जदों जांच की गई तो यह घपला 13 करोड़ तक का पहुंच गया। उन्होंने प्रशासन को चेतावनी दी कि जेकर अजे भी संबंधित अधिकारियों उपर कार्रवाई ना की गई तो पूरे पंजाब अंदर संघर्ष को शुरू किया जाएगा। उधर DSP सुखपाल सिंह ने दसिया कि नैशनल हाईवे तो ट्रैफिक रूटा नू बदल दिता गया ताकि किसी भी यात्री नू परेशानी ना होए। इस होए कपले संबंधी जदों कोऑपरेटिव महकमे दे सहायक रजिस्ट्रार रोहित गिल नाल गलबात की गई तो उन्होंने दसिया कि यह मामला 2013-14 टर्म का है ते इसे टर्म दौरान जो सैकटरी सी उस उपर कार्रवाई लई लिख दिता गया है ते इस सोसाइटी दे मौजूदा सैकटरी सुमित कुमार नू भी मुअत्तल कर दिता गया है ते इस सारे मामले की जांच लई कमेटी का भी गठन किया गया है। तुसी देख रहे हो जतिंदर कुमार दे नाल कृष्ण गोपाल की विशेष रिपोर्ट। ਦੇ ਰਿਆ ਨੇ ਇਥੋਂ ਤੱਕ ਸਾਡੇ ਉੱਤੇ ਇਹ ਲੁੱਟ ਮਾਰ ਕੀਤੀ ਆ, ਸਾਡੇ ਹੱਕਾਂ ਦੇ ਡਾਕੇ ਮਾਰੇ ਆ। ਬੜੇ ਆ ਪ੍ਰਧਾਨ ਜੀ, ਇੰਨੇ ਕਿ ਬੜੇ ਆ, ਬਹੁਤ ਆ ਬਹੁਤ ਆ, ਬਹੁਤ ਹੀ ਸ਼ਾਂਤ ਮਹੀਨਾ ਬੈਠੋ। ਬਾਕੀ ਜੋ ਦੋ ਏਜੰਡੇ ਦੇ ਖਰਾਬੇ ਦੀ ਗੱਲ ਆ, ਖਰਾਬਾ ਵੀ ਆਈਆਂ ਸਰਕਾਰਾਂ ਯਾਰਾਂ ਕੀ ਦੇ ਤਾਂ ਖਰਾਬਾ ਨਹੀਂ ਮਿਲਿਆ, ਕਿੰਨਾ ਨੁਕਸਾਨ ਹੋ ਗਿਆ ਲੋਕਾਂ ਦਾ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਮੇਰਾ ਨਾਮ ਜੋਗਾ ਸਿੰਘ ਹੈ, ਸਾਬਕਾ ਸਰਪੰਚ ਪਿੰਡ ਮਾਨ ਦਾ। ਗੱਲ ਕਰ ਰਹੇ ਸੀ ਅੱਜ ਦੇ ਜੋ ਧਰਨਾ ਲਗਾਇਆ ਗਿਆ ਇਹਦਾ ਏਜੰਡਾ ਕੀ? ਇਹ 'ਚ ਅੱਜ ਅਸੀਂ ਸੁਸਾਇਟੀ ਸਮਰਾਏ ਸੁਸਾਇਟੀ ਦੇ ਮੈਂਬਰ ਸੀ ਅਤੇ ਅਸੀਂ ਮਤਲਬ ਉੱਥੋਂ ਲੈਣ ਦੇਣ ਕਰਦੇ ਹੁੰਦੇ ਸੀ, ਮਤਲਬ ਖਾਦ ਲੈ ਲੈਂਦੇ ਸੀ, ਕੋਈ ਥੋੜ੍ਹੇ ਬਹੁਤੇ ਪੈਸੇ ਲੈ ਲੈਣੇ ਅਤੇ 2014 ਦੇ ਵਿੱਚ ਆ ਕੇ ਅਤੇ ਜਿਹੜਾ ਉੱਥੋਂ ਦਾ ਸਕੱਤਰ ਸੀ, ਸਭਾ ਦਾ ਸਕੱਤਰ, ਉਹਨੇ 3,30,000 ਰੁਪਇਆ ਸਾਡੇ ਸਾਰਿਆਂ ਦੇ ਨਾਂ 'ਤੇ ਪਾ ਕੇ ਤੋ ਫਰੋਡ ਕਰਕੇ ਲੈ ਗਿਆ ਅਤੇ ਸਾਨੂੰ 9 ਸਾਲ ਹੋ ਗਏ ਨੇ। ਅਸੀਂ 9 ਸਾਲਾਂ ਦੇ ਉੱਤੋਂ ਅਸੀਂ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਾਂ, ਅਫਸਰਾਂ ਕੋਲ ਵੀ ਜਾ ਰਹੇ ਹਾਂ ਕਿ ਸਾਡੀ ਕੋਲ ਸੁਣਵਾਈ ਕਰੋ, ਕੋਈ ਅਫਸਰ ਸੁਣਵਾਈ ਨਹੀਂ ਕਰਦਾ, ਸਾਡਾ ਕਿਸੇ ਪਾਸੇ ਨਾਲ ਕੇਸ ਨਹੀਂ ਲਾਇਆ, ਅਸੀਂ ਹਾਰ ਕੇ ਹੁਣ ਅਤੇ ਰਾਜੇਵਾਲ ਯੂਨੀਅਨ ਦੇ ਨਾਲ ਗੱਲ ਕੀਤੀ ਅਤੇ ਆ ਕੇ ਵੀ ਸਾਡੇ ਨਾਲ ਸੁਣਵਾਈ ਨਹੀਂ ਹੋ ਰਹੀ, ਸਾਨੂੰ ਇੰਨੇ ਸਾਲ ਹੋ ਗਏ ਧੱਕੇ ਖਾਂਦਿਆਂ ਨੂੰ ਅਤੇ ਸਾਡੀ ਹੁਣ ਜਿਹੜੀ ਆ ਉਹ ਰਾਜੇਵਾਲ ਜਿਹੜੀ ਯੂਨੀਅਨ ਆ ਉਹ ਸਾਡੀ ਸੁਣਵਾਈ ਕੀਤੀ, ਉਹਨਾਂ ਨੇ ਉਹਨਾਂ ਸਾਡਾ ਅੱਗੇ ਹੋ ਕੇ ਅਤੇ ਲਾਇਆ ਸਾਡਾ, ਅਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਉੱਤੇ ਕਰਜ਼ਾ ਪਾਇਆ 3,30,000 ਰੁਪਇਆ, ਸਾਡਾ ਕਰਜ਼ਾ ਜਿਹੜਾ ਉਹ ਮੁਕਤ ਕੀਤਾ ਜਾਵੇ ਅਤੇ ਸਾਨੂੰ NOC ਦਿੱਤੀ ਜਾਵੇ, ਸਾਡੀਆਂ ਜ਼ਮੀਨਾਂ ਨੂੰ ਅਟੈਚ ਕਰਨ ਤੋਂ ਬਚਾਇਆ ਜਾਵੇ। ਸਾਡੀ ਜ਼ਮੀਨ ਨੂੰ ਅਟੈਚ ਕਰ ਰਹੇ ਨੇ, ਜੇ ਸਾਡੀ ਜ਼ਮੀਨ ਅਟੈਚ ਹੋ ਗਈ ਤਾਂ ਸੈਕਟਰੀ ਫਰੀ ਹੋ ਗਿਆ ਅਤੇ ਜੱਟ ਜਿਹੜੇ ਨੇ ਉਹ ਮਾਰੇ ਗਏ। ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਇੱਥੇ ਮਤਲਬ ਵੱਧ ਤੋਂ ਵੱਧ ਜਿੰਨਾ ਵੀ ਜ਼ੋਰ ਲੱਗੇ ਉਹਨਾਂ ਵੀ ਹੋ ਕੇ ਅਤੇ ਸਾਨੂੰ NOC ਦਿੱਤੀ ਜਾਵੇ, ਅਸੀਂ ਜਿਹੜਾ ਕਰਜ਼ਾ ਵਾ ਉਹ ਸੈਕਟਰੀ ਕੋਲ ਬੈਂਕ ਵਸੂਲੇ ਜਾਂ ਇਨਾਮ ਵਸੂਲੇ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਹਾਂਜੀ, ਕਿਸਾਨ ਪੌਣੇ 400 ਕਿਸਾਨ ਆ ਜੀ, 8 ਪਿੰਡ ਨੇ, ਪੌਣੇ 400 ਮੈਂਬਰ ਆ, ਪੌਣੇ 400 ਮੈਂਬਰ ਆ ਅਤੇ ਲਗਭਗ 8 ਪਿੰਡ ਆ ਜੀ, 8 ਪਿੰਡ ਨੇ। ਪੈਸੇ ਉਦੋਂ ਜਦੋਂ ਇਹ ਘਪਲਾ ਹੋਇਆ ਜੀ ਉਦੋਂ ਤਾਂ 6 ਕਰੋੜ ਸੀ, ਅੱਜ ਉਹ ਵੱਧ ਕੇ 12 ਕਰੋੜ ਹੋ ਗਿਆ। ਹਾਂਜੀ, ਉਹਨਾਂ ਨੂੰ ਵਿਆਜ ਲੱਗ ਰਿਹਾ ਜੀ। ਹਾਂਜੀ, ਇਹ ਮੰਗਾਂ ਨਹੀਂ ਤੁਹਾਡੀਆਂ? ਅਸੀਂ ਹੋਰ ਸੰਘਰਸ਼ ਨੂੰ ਤੇਜ਼ ਕਰਾਂਗੇ ਜੀ। ਹਾਂ, ਅਸੀਂ ਮਤਲਬ ਬਲਬੀਰ ਸਿੰਘ ਰਾਜੇਵਾਲ ਦੇ ਨੋਟਿਸ ਲੈਂਦੀ ਹੈ ਗੱਲ, ਉਹ ਜੋ ਸਾਨੂੰ ਅਗਲਾ ਦਿਸ਼ਾ ਦੇਸ਼ ਦੇਣਗੇ ਉਹਦੇ ਮੁਤਾਬਕ ਅਸੀਂ ਗੁਰਦਾਸਪੁਰ ਸ਼ਹਿਰ ਨੂੰ ਵੀ ਜੇ ਸਾਨੂੰ ਬੰਦ ਕਰਨ ਦੀ ਲੋੜ ਪਈ ਤਾਂ ਕਰਾਂਗੇ। ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ, ਪਲਵਿੰਦਰ ਸਿੰਘ ਮਠੋਲਾ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜਵਾਲ। ਅੱਜ ਦਾ ਇਹ ਏਜੰਡਾ ਜੀ ਸੁਸਾਇਟੀ ਸਮਰਾਏ ਡੇਰਾ ਬਾਬਾ ਨਾਨਕ, ਉਹਦੇ ਵਿੱਚ ਸੈਕਟਰੀ ਰਜਿੰਦਰ ਕੁਮਾਰ, ਉਹਦਾ ਮੁੰਡਾ ਸੰਨੀ, ਇਹ ਜਿਹੜੀ ਇਹਨਾਂ ਨੇ 9 6 ਕਰੋੜ ਦਾ ਗਮਨ ਕੀਤਾ ਸੀ।
14 सन लंबा लैके चल गए आए, बड़िया इनकवायरिया करवाइया ने, बड़ा कुछ होया पर किसी ने आवाज नहीं सुनी। असी पिछले दिन एक कॉल दी सी, सानू अज 29 दिन हो गए धरने से बैठे, दिन रात साडा धरना चल रहा, कहिंदे असी मैनेजर की बदली कर दिंदे, मैनेजर की बदली कीते नको ला के ते गले लाता की हो जू, असी ये काम नहीं चाहते। असी कहिंदे आ जिहड़ा ये 6 करोड़ का गबन होया 14 सन च 13 करोड़ बन गया, 13 करोड़ का जिहड़ा वा किसान जुम्मे क्यों आ, जिहड़े इन्हां दे दोषी अधिकारी आ, मैडम कविता वा, रजिंदर कुमार आ, उहदा मुंडा सन्नी आ, उत्थे बैठा वा अपने मैनेजर बैठा पवन, ਉਹ ਨੇ ਅਜੇ ਪਾਲ ਨੇ ਇੱਕ ਹੋਰ ਆ ਨਵਰਾਜ ਸਿੰਘ ਆ, ਸ਼ਮੀਰ ਸੰਮੀ ਆ, ਜਿਹ ਚੋਂ ਕਈ ਬੰਦੇ ਮਰ ਗਏ ਨੇ ਇਹਨਾਂ ਚੋਂ, ਜਿਹਨਾਂ ਨੂੰ ਕਵਿਤਾ ਮੈਡਮ ਨੇ ਪ੍ਰਾਈਵੇਟ ਰੱਖਿਆ ਸੀ, ਜਿਹੜੇ ਝੂਠੇ ਬਿੱਲ ਪਾਸ ਕਰਦੇ ਸੀ। ਜੇ ਪਹਿਲੀ ਵਾਰ ਇਨਕੁਆਇਰੀ ਚੱਲੀ ਕਵਿਤਾ ਮੈਡਮ ਇੰਚਾਰਜ, ਜੇ ਦੂਜੀ ਵਾਰ ਚੱਲੀ ਕਵਿਤਾ ਮੈਡਮ ਇੰਚਾਰਜ, ਮਸਲਾ ਕਹਿੰਦਾ ਜੇ ਹੁਣ ਤੀਜੀ ਵਾਰੀ ਤੇ ਕਵਿਤਾ ਮੈਡਮ ਬਦਲੀ ਕਰਾ ਕੇ ਫੇਰ ਗੁਰਦਾਸਪੁਰ ਹੈਗੀ, ਦੋਸ਼ੀ ਕੌਣ? ਜਿਹੜੇ ਝੂਠੇ ਪ੍ਰਾਈਵੇਟ ਬੰਦੇ ਰੱਖ ਕੇ ਕੰਮ ਕਰਵਾ ਰਹੀ ਸੀ ਉਹੀ ਦੋਸ਼ੀ ਆ, ਕਿਸਾਨ ਦੋਸ਼ੀ ਨਹੀਂ। ਕਿਸਾਨਾਂ ਦਾ ਕੀ ਵਿੱਚ ਮਸਲਾ ਜੀ? ਮਜ਼ਦੂਰਾਂ ਨੂੰ ਕਿਸਾਨਾਂ ਦੇ ਨਾਂ ਤੇ ਸਾਰਾ ਕੁਝ ਥੱਪਿਆ ਗਿਆ ਵੀ ਕਿਸਾਨਾਂ ਨੇ ਕੀਤਾ, ਪਰ ਕਿਸਾਨਾਂ ਦੇ ਕੋਲ ਤੇ ਇੱਕ ਜਿਹੜੀ ਜਿਹੜੇ ਕਿਸਾਨ ਕੋਲ ਇੱਕ ਮਰਲਾ ਜ਼ਮੀਨ ਦਾ ਨਹੀਂ ਨਾ, ਉਹਦੇ ਨਾਂ ਤੇ ਵੀ 3,30,000 ਆ, ਹਰੇਕ ਦੇ ਨਾਂ ਤੇ 3,30,000 ਚੱਲਿਆ। ਤੁਹਾਡੇ ਕਹਿਣ ਦਾ ਮਤਲਬ ਵੀ ਕਿਸਾਨਾਂ ਦੇ ਨਾਂ ਤੇ ਕਰਜ਼ਾ ਲਿਆ ਗਿਆ ਤੇ ਉਹ ਪੈਸੇ ਕਿਸਾਨਾਂ ਨੂੰ ਨਹੀਂ ਮਿਲੇ? ਨਹੀਂ ਮਿਲੇ। ਉਹ ਪੈਸੇ ਕਿੱਥੇ ਗਏ ਜੀ? ਉਹ ਪੈਸੇ ਜਿਹੜੇ ਅਧਿਕਾਰੀ ਇਹਨਾਂ ਨੂੰ ਪੁੱਛਣ ਕਿੱਥੇ ਗਏ, ਇਹਨਾਂ ਦੇ ਪਰਚੇ ਕਿਉਂ ਨਹੀਂ ਦਰਜ ਕਰਾਉਂਦੇ? ਕਿਸਾਨਾਂ ਦੀ ਜ਼ਮੀਨ ਨੂੰ ਅਟੈਚ ਕਰਦੇ ਆ, ਇਹ ਅਟੈਚ ਕਰਨੀ ਤੇ ਕਵਿਤਾ ਬੇਦੀ ਦੀ ਜ਼ਮੀਨ ਅਟੈਚ ਕਰਨ, ਉਹਦੀ ਪ੍ਰਾਪਰਟੀ ਅਟੈਚ ਕਰਨ, ਜਿੰਨੇ ਇਹਦੇ ਨਾਲ ਅਧਿਕਾਰੀ ਇਹਨਾਂ ਸਾਰਿਆਂ ਦੀ ਜ਼ਮੀਨ ਅਟੈਚ ਕਰਨ। ਕਵਿਤਾ ਬੇਦੀ ਦਾ ਕੀ ਸੰਬੰਧ ਕੀ ਹੈ ਜੀ? ਉਹ ਇਸ ਵੇਲੇ ਤੇ ਮੇਰੇ ਖਿਆਲ ਡੀਐਮ ਲੱਗੇ ਹੋਏ ਨੇ, ਡੀਐਮ ਲੱਗੇ ਹੋਏ ਨੇ, ਤਾਂ ਇਹ ਤੋਂ ਪਹਿਲਾਂ ਮੈਨੇਜਰ ਲੱਗੇ ਰਹੇ ਨੇ, ਸੀਨੀਅਰ ਮੈਨੇਜਰ ਲੱਗੇ ਰਹੇ ਨੇ। ਕੁੱਲ ਕਿੰਨੇ ਕਿਸਾਨ ਨੇ ਜਿਨ੍ਹਾਂ ਦੇ ਉੱਤੇ? 375 ਸਾਰੇ ਦੇ ਮਾਮਲੇ ਦਰਜ ਕੀਤੇ ਗਏ ਨੇ? ਸਰ ਨਹੀਂ, 175 ਦੇ ਕੀਤੇ ਨੇ, ਤਾਂ ਜਿਹੜੇ ਕਾਰਵਾਈ ਆ ਉਹ ਸਾਰਿਆਂ ਦੇ ਜਿੰਨਿਆਂ ਨੂੰ ਪੈਸੇ ਪਾਏ ਉਹ 375 ਕਿੰਨੇ ਪੈਸੇ ਨੇ ਟੋਟਲ ਜਿਹੜੇ ਕਿਸਾਨਾਂ ਦੇ ਪਾਏ ਗਏ? 6 ਕਰੋੜ। ਅੱਜ ਜਿਹੜਾ ਧਰਨਾ ਜਿਹੜਾ ਜਾਮ ਕੀਤਾ ਗਿਆ ਇਸੇ ਮਸਲੇ ਤੇ ਲੱਗਿਆ ਕਿ ਇਸੇ ਮਸਲੇ ਤੇ ਕਿੰਨੇ ਤੱਕ ਚੱਲਦਾ ਰਹੂਗਾ? 1 ਵਜੇ ਤੱਕ। ਫਿਰ ਪੰਜਾਬ ਦੀ ਜਿਹੜੀ ਸਾਡੀ ਮੀਟਿੰਗ ਹੁੰਦੀ ਆ ਉਹਦੇ ਵਿੱਚ ਸਰਦਾਰ ਬਲਵੀਰ ਸਿੰਘ ਪ੍ਰਵਾਨਗੀ ਲੈ ਕੇ ਫਿਰ ਸ਼ਹਿਰ ਗੁਰਦਾਸਪੁਰ ਨੂੰ ਚਾਰ ਸਫੇਰੇ ਬੰਦ ਕਰ ਦਿਆਂਗੇ। ਅਸੀਂ ਜੀ ਸਾਰਾ ਟ੍ਰੈਫਿਕ ਜਿਹੜੀ ਹੁਣ ਪਿੱਛੋਂ ਆ ਰਹੀ ਹੈ ਸਾਰੀ ਡਾਈਵਰਟ ਕਰਤੀ, ਜਾਫੂਵਾਲ ਤੋਂ ਜਿਹੜੀ ਉਹ ਵਾਇਆ ਕਾਨੂੰਵਾਲ ਰੋਡ 'ਤੇ ਜਾਏਗੀ, ਉੱਥੋਂ ਫਿਰ ਗੁਰਦਾਸਪੁਰ ਨੂੰ ਆਏਗੀ। ਜਿਹੜੀ ਪਠਾਨਕੋਟ ਤੋਂ ਗੁਰਦਾਸਪੁਰ ਤੋਂ ਅਤੇ ਮਕੇਰੀਆਂ ਤੋਂ ਟ੍ਰੈਫਿਕ ਆਈ ਉਹ ਸਾਰੀ ਡਾਈਵਰਟ ਕਰਤੀ ਹੈ ਕਾਨੂੰਵਾਲ ਰੋਡ, ਉੱਥੋਂ ਧਾਰੀਵਾਲ ਨੂੰ ਜਾਏਗੀ। ਅਸਲ 'ਚ ਇਹਨਾਂ ਦੀ ਸਾਡੇ ਨਾਲ ਗੱਲ ਹੋ ਗਈ ਸੀ ਵੀ ਅਸੀਂ ਥੋੜ੍ਹਾ ਟਾਈਮ ਵੇਟ ਕਰਕੇ ਧਰਨਾ ਲਾਵਾਂਗੇ, ਜਦੋਂ ਪ੍ਰਸ਼ਾਸਨ ਸਾਨੂੰ ਗਰੰਟੀ ਦੇ ਦੇਗਾ ਵੀ ਇਨਕੁਆਇਰੀ ਕੇ ਫਿਰ ਧਰਨਾ ਬਲੌਕ ਨਹੀਂ ਕਰਾਂਗੇ ਅਸੀਂ ਰੋਡ ਨੂੰ। ਹੁਣ ਆਸ ਹੈ ਸਾਨੂੰ ਆਪੀ 15-20 ਮਿੰਟਾਂ 'ਚ SDM ਸਾਹਿਬ ਆਰਡਰ ਲੈ ਕੇ ਆ ਰਹੇ ਨੇ, ਉਹ ਆਰਡਰ ਦੇਖ ਕੇ ਇਨਕੁਆਇਰੀ ਦੇ ਅਤੇ ਫਿਰ ਇੱਥੋਂ ਧਰਨਾ ਚੁੱਕ ਲੈਣਗੇ। ਸਰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਕਿਉਂ ਇਹਨਾਂ ਨੇ ਧਰਨਾ ਲਗਾਇਆ ਗਿਆ ਨੈਸ਼ਨਲ? ਇਹ ਕਿਸੇ ਬੈਂਕ 'ਚ ਜਾਂ ਜੀ ਫਰੋਡ ਹੋਇਆ ਆ, ਉਹਦੀ ਜਿਹੜੀ ਆ ਇਨਕੁਆਇਰੀ ਹੋ ਰਹੀ ਹੈ ਪਰ ਇਨਕੁਆਇਰੀ ਬਹੁਤ ਡਿਲੇ ਹੋ ਰਹੀ ਹੈ, ਉਹਦੀ ਵਜ੍ਹਾ ਕਰਕੇ ਇਹਨਾਂ ਨੇ ਲਾਇਆ ਜੀ। ਸਰ ਜਿਹੜੇ ਲੋਕ ਆਮ ਲੋਕ ਜਿਹੜੇ ਖੱਜਲਖਵਾਰ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਆ ਜੀ? ਦੇਖੋ ਜੀ, ਜੇ ਲੋਕਾਂ ਨੂੰ ਪਰੇਸ਼ਾਨੀ ਪੈਂਦੀ ਆ ਅਤੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਮੇਨ ਤਾਂ ਉਹ ਜ਼ਿੰਮੇਵਾਰ ਨੇ, ਸਾਡਾ ਕੰਮ ਤਾਂ ਆ ਵੀ ਉਹਨਾਂ ਨੂੰ ਮੁੜ ਕੇ ਜਿਹੜਾ ਹੈਗਾ ਸਿਖਾਵੇਂ ਢੰਗ ਨਾਲ ਟ੍ਰੈਫਿਕ ਦੂਜੇ ਪਾਸੇ ਦੀ ਡਾਈਵਰਟ ਕਰਨੀ। ਪੰਜਾਬ ਪੁਲਿਸ ਇਹਨਾਂ ਦੀ ਵੀ ਹਿਫਾਜ਼ਤ ਲਈ ਲੱਗੀ ਆ, ਪੰਜਾਬ ਪੁਲਿਸ ਲੋਕਾਂ ਦੀ ਸਿਖਾਵੇਂ ਢੰਗ ਨਾਲ ਟ੍ਰੈਫਿਕ ਨੂੰ ਹੋਣ 'ਚ ਵੀ ਅਗਰ ਕੋਈ ਐਮਰਜੈਂਸੀ ਮਰੀਜ਼ ਆ ਜਾਂਦਾ ਜਾਂ ਕੋਈ ਐਂਬੂਲੈਂਸ ਆਉਂਦੀ ਆ ਉਹਨਾਂ ਨੂੰ ਨਿਗਾ ਰਹੇ ਨੇ ਜੀ, ਉਹਨਾਂ ਨੂੰ ਇਹ ਨਿਗਾ ਰਹੇ ਨੇ। ਮੈਂ ਘੱਟੋ ਘੱਟ 4 ਮਰੀਜ਼ ਤਾਂ ਮੈਂ ਹੀ ਨਿਗਾ ਕੇ ਆਇਆ, ਇੱਕ ਛੋਟੀ ਬੱਚੀ ਸੀ ਉਹ ਵੀ ਕਿਸਾਨ ਦੀ ਬੱਚੀ ਸੀ ਉਹ ਵੀ ਨਿਗਾਈ, ਐਂਬੂਲੈਂਸ ਨਿਗਾਈ ਅਤੇ 2 ਆਟੋ ਨਿਗਾਏ ਜੀ ਜਿਹੜੇ ਸਿਵਲ ਹਸਪਤਾਲ ਦਵਾਈ ਲੈਣ ਜਾ ਰਹੇ ਸੀ। ਇਹ ਬਸ ਜੀ ਜਦੋਂ ਆਰਡਰ SDM ਸਾਹਿਬ ਲੈ ਕੇ ਆ ਗਏ, ਕਿਉਂਕਿ ਸਿਵਲ ਪ੍ਰਸ਼ਾਸਨ ਦੀ ਉਡੀਕ ਕਰ ਰਹੇ ਹਾਂ ਅਸੀਂ, ਉਦੋਂ ਸਿਵਲੇ ਧਰਨਾ ਚੁੱਕੋ ਇਹਨਾਂ।